ਪਰਦੀਪ ਕੁਮਾਰ 27 ਸਾਲਾ ਨੌਜਵਾਨ ਜੱਜ ਬਣਨ ਦਾ ਸੁਪਨਾ ਸੀ ਪੀਸੀਐਸ ਜੁਡੀਸ਼ੀਅਲ ਦਾ ਐਗਜ਼ਾਮ ਦਿੱਤਾ ਪਰ ਪਾਸ ਨਹੀਂ ਕਰ ਸਕਿਆ ਇਸੇ ਹੌਸਟਲ ਦੇ ਵਿੱਚ ਜੀਸੀ ਚੱਟਰਜੀ ਹਾਲ ਲੜਕੀਆਂ ਦਾ ਹੌਸਟਲ ਨੰਬਰ 2 ਦੇ ਵਿੱਚ ਰਹਿੰਦਾ ਸੀ ਜਦੋਂ ਪਤਾ ਲੱਗਿਆ ਪੀਸੀਐਸ ਦੇ ਵਿੱਚ ਰਿਜ਼ਲਟ ਆਇਆ ਤਾਂ ਪੰਜਾਬ ਦੇ ਕਈ ਨੌਜਵਾਨ ਉਸ ਦੇ ਵਿੱਚ ਜੱਜ ਬਣ ਗਏ ਪਰ ਪ੍ਰਦੀਪ ਕੁਮਾਰ ਰਹਿ ਗਿਆ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਉਸ ਫੇਲੀਅਰ ਤੋਂ ਐਡਾ ਵੱਡਾ ਝਟਕਾ ਲੱਗਿਆ ਕਈ ਦਿਨ ਉਦਾਸ ਰਿਹਾ ਦੋਸਤਾਂ ਨੇ ਨੋਟਿਸ ਕੀਤਾ ਕਿ ਉਦਾਸ ਚੱਲ ਰਿਹਾ ਕਾਰਨ ਪੁੱਛਿਆ ਉਸ ਤੋਂ ਬਾਅਦ ਘਰਦਿਆਂ ਨੂੰ ਫੋਨ ਲਾਇਆ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂ ਮਤਲਬ ਕਿ ਆਪਣੀ ਜ਼ਿੰਦਗੀ ਦਾ ਅਜੱਜ ਖੁਦ ਬਣ ਜੂੰਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਸਨੇ ਫੈਸਲਾ ਸੁਣਾਇਆ ਉਸਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਬੀਤੀ ਰਾਤ ਇਸੇ ਹੋਸਟਲ ਦੇ ਵਿੱਚ ਕਰ ਦਿੱਤਾ ਹਾਲਾਂਕਿ ਉਸਦੇ ਸਾਥੀਆਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪੀਜੀਆ ਇਥੇ ਨੇੜੇ ਹੀ ਹੈ ਸਾਹਮਣੇ ਬਿਲਕੁਲ ਲਜਾਇਆ ਗਿਆ ਪਰ ਡਾਕਟਰਾਂ ਨੇ ਉੱਥੇ ਮਰਿਤਕ ਘੋਸ਼ਿਤ ਕਰ ਦਿੱਤਾ ਹਾਲਾਂਕਿ ਘਰ ਵਾਲਿਆਂ ਦਾ ਰੋ ਰੋ ਇਸ ਵਕਤ ਬੁਰਾ ਹਾਲ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵੀ ਚੀਜ਼ ਆਖਰੀ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਹਰ ਨਵੀਂ ਚੀਜ਼ ਆਉਂਦੀ ਰਹਿੰਦੀ ਹੈ ਹਰ ਵਕਤ ਨਵੇਂ ਚੈਲੰਜ ਆਉਂਦੇ ਆ ਤਾਂ ਇੱਕ ਫੇਲਿਅਰ ਨੂੰ ਆਖਰੀ ਫੇਲਿਅਰ ਮੰਨ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ ਕੋਈ ਆਖਰੀ ਹੱਲ ਨਹੀਂ ਹੈ ਬਲਕਿ ਇਸ ਨੂੰ ਇੱਕ ਚੈਲੰਜ ਦੇ ਤੌਰ ਤੇ ਦੇਖਣਾ ਚਾਹੀਦਾ ਪਰ ਪ੍ਰਦੀਪ ਸ਼ਾਇਦ ਇਹ ਚੈਲੰਜ ਸਵੀਕਾਰ ਨਹੀਂ ਕਰ ਸਕਿਆ ਇਸੇ ਕਰਕੇ ਅੱਜ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਘਰਦਿਆਂ ਦੇ ਉੱਪਰ ਦੁੱਖਾਂ ਦਾ ਪਹਾੜ ਸੁੱਟ ਗਿਆ ਕੈਮਰਾ ਪਰਸਨ ਰਵਿੰਦਰ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ